ਅਕਾਲ ਤਖਤ ਜਥੇਦਾਰ ਤੇ ਮਾਮਲਾ ਦਰਜ ਕਰਨ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿਆਸੀ ਤਾਕਤ ਦਾ ਇਸਤੇਮਾਲ ਕੀਤਾ ਹੈ। ਇਹ ਕਹਿਣਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ। ਦਰਅਸਲ ਪਰਮਜੀਤ ਸਿੰਘ ਸਰਨਾ ਨੇ 1984 ਸਿੱਖ ਕਤਲੇਆਮ ਦੀ ਯਾਦਗਾਰ ਗੁਰਦੁਆਰਾ ਰਕਾਬਗੰਜ ਕੰਪਲੈਕਸ ਵਿੱਚ ਬਣਾਉਣ ਦਾ ਵਿਰੋਧ ਕਰਦਿਆਂ ਅਦਾਲਤ ਦਾ ਰੁਖ ਕੀਤਾ ਸੀ। ਇਸ ਕਾਰਨ ਉਹਨਾਂ ਨੂੰ ਅਕਾਲ ਤਖਤ ਤੇ ਤਲਬ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕੇਸ ਵਾਪਸ ਲੈ ਲਿਆ ਸੀ। ਦੱਸ ਦੇਈਏ ਇੱਕ ਵਾਰ ਫਿਰ ਤੋਂ ਕਿ ਸਰਨਾ ਤੇ ਵਰੇ ਮਨਜੀਤ ਸਿੰਘ ਜੀ ਕੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਸਿਆਲੀ ਨੇ ਦਿੱਲੀ ਹਾਈ ਕੋਰਟ ਵਿੱਚ ਜੋ ਪਟੀਸ਼ਨ ਦਾਖਲ ਕੀਤੀ ਹੈ ਕਿ ਪਰਮਜੀਤ ਸਿੰਘ ਸਰਨਾ ਨੂੰ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਗਿਆ ਸੀ ਉਹਨਾਂ 'ਤੇ। ਮਨਜੀਤ ਸਿੰਘ ਜੀ ਕੇ ਨੇ ਦੋਸ਼ ਲਗਾਇਆ ਹੈ ਕਿ ਸਰਨਾ ਨੇ ਮਾਮਲਾ ਦਰਜ ਕਰਵਾਇਆ ਹੈ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸ਼ਹਿ 'ਤੇ ਹੀ ਉਹ ਇਹ ਸਭ ਕੁਝ ਕਰ ਰਹੇ ਨੇ ਅਤੇ ਮਨਜੀਤ ਸਿੰਘ ਜੀ ਕੇ ਨੇ ਸਰਨਾ ਤੇ ਕੁਝ ਦੋਸ਼ ਲਗਾਏ ਨੇ। ਕ੍ਰਿਮੀਨਲ ਕੰਟੈਂਪਟ ਪਾਈ ਹੈ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ, ਉਹਨਾਂ ਨੇ ਸਾਹਿਬ ਸੁਖਬੀਰ ਸਿੰਘ ਬਾਦਲ ਤੇ ਤੇ ਮਨਜੀਤ ਸਿੰਘ ਪ੍ਰਧਾਨ ਔਰ ਜਥੇਦਾਰ ਅਵਤਾਰ ਸਿੰਘ ਮੱਕੜ SGPC ਪ੍ਰਧਾਨ ਤੇ ਮਨਜੀਤ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ। ਸਾਨੂੰ ਉਹਨਾਂ ਨੇ ਸਾਡੇ ਤੇ ਕ੍ਰਿਮੀਨਲ ਕੰਟੈਂਪਟ ਪਾਈ ਹੈ ਔਰ ਇਹ ਕ੍ਰਿਮੀਨਲ ਕੰਟੈਂਪਟ ਕੋਈ ਹੋਰ ਨਹੀਂ ਪਾ ਸਕਦਾ ਜਦ ਤੱਕ ਸਰਕਾਰ ਦੀ ਸਟੈਂਡਿੰਗ ਕਾਉਂਸਲ ਉਸਨੂੰ ਅਲਾਊ ਨਾ ਕਰਦੇ। ਮੈਂ ਜਿਵੇਂ ਕਿਹਾ ਕਿ ਸੋਨੀਆ ਪਰਿਵਾਰ ਦੀ ਸਾਜਿਸ਼ ਹੈ, ਉਹਦੇ ਹੱਥਗੰਢੇ ਅੱਗੇ ਤੋਂ ਅੱਗੇ ਭਾਵੇਂ ਸ਼ੀਲਾ ਸਰਕਾਰ ਹੈ ਅਤੇ ਭਾਵੇਂ ਉਹ ਪਰਮਜੀਤ ਸਿੰਘ ਸਰਨਾ ਹੈ ਅਤੇ ਜਾਂ ਉਹਦੇ ਅੱਗੋਂ ਦੀ ਉਹਦੇ ਜਿਹੜੇ ਉਪਾਸ਼ਕ ਨੇ, ਇਹਨਾਂ ਨੇ ਮਿਲ ਕੇ ਇੱਕ ਸਾਜਿਸ਼ ਕੀਤੀ ਹੈ ਔਰ ਇਹ ਸਾਜਿਸ਼ ਬੜੀ ਖਤਰਨਾਕ ਹੈ। ਇਹਦੇ ਜਿਹੜੇ ਨਤੀਜੇ ਨੇ ਉਹ ਬੜੇ ਦੂਰਗਾਮੀ ਹੋਣਗੇ। ਮੇਰਾ ਖਿਆਲ ਹੈ ਕਿ ਸਰਕਾਰ ਇਸ ਵਕਤ ਸੋਚ ਬੈਠੀ ਹੈ ਕਿ ਅਸੀਂ ਜੋ 84 'ਚ ਕੀਤਾ ਸੀ, ਜੋ 80 ਦੇ ਦਸ਼ਕ 'ਚ ਕੀਤਾ ਸੀ, ਵਾਪਸ ਉਹੋ ਜਿਹੇ ਹਾਲਾਤ ਹਿੰਦੁਸਤਾਨ ਦੇ ਵਿੱਚ ਪੈਦਾ ਕਰੀਏ। ਇਹ ਤੋਂ ਅਕਾਲ ਤਖਤ ਸਾਹਿਬ ਦੇਖੇਗਾ ਉਹਨਾਂ ਨੇ ਕਿਆ ਕਰਨਾ, ਲੇਕਿਨ ਹਮੇਂ ਜੋ ਕਰਨਾ ਹੈ, ਹਮ ਆਪਣੀ ਤਰਫ ਸੇ ਹਮੇਂ ਇੰਤਜ਼ਾਰ ਨਹੀਂ ਹੈ, ਕਿਸੀ ਕੋ ਪੁੱਛਣੇ ਕੀ ਜ਼ਰੂਰਤ ਨਹੀਂ ਹੈ। ਜੋ ਅਕਾਲ ਤਖਤ ਕੋ ਸਾਹਿਬ ਕੇ ਜਾਂ ਬਾਕੀ ਤਖਤੋਂ ਕੇ ਖਿਲਾਫ਼ ਅਗਰ ਕੋਈ ਸਾਜਿਸ਼ ਰਚੇਗਾ ਤੋ ਐਜ਼ ਏ ਕਮੇਟੀ, ਇਲੈਕਟਿਡ ਬਾਡੀ ਹੈ ਦਿੱਲੀ ਗੁਰਦੁਆਰਾ ਕਮੇਟੀ, ਹਮਾਰਾ ਫਰਜ਼ ਬਣਤਾ ਹੈ ਕਿ ਹਮ ਇਹ ਲੜਾਈ ਆਪਣੇ ਜ਼ਿੰਮੇ ਲੇਤੇ ਹੈ ਔਰ ਇਸਕੋ ਲੌਜੀਕਲ ਐਂਡ ਤੱਕ ਪਹੁੰਚਾਏਂਗੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।